ਕਾਪਾਂ ਦੇ ਬੇਟੀਆਂ ਸੀ ਅਸੀਂ ਰਿਸਟੋਰ ਕਰਦੇ ਇਹਨਾਂ ਦੇ ਕਹਿੰਦੇ ਜਿੱਦਾਂ ਕਹਿੰਦੇ ਅਸੀਂ ਅੱਗੇ ਤੋਂ ਨਹੀਂ ਵੇਚਾਂਗੇ ਪਾਣੀ ਹੋਰ ਤੁਹਾਨੂੰ ਲੱਗਦਾ ਸੀ ਵੀ ਇੱਥੇ ਕੋਈ ਮਾਰਕਾ ਵਗੈਰਾ ਹੈਗਾ ਪਾਣੀ ਦੇ ਨਹੀਂ ਜਿੱਦਾਂ ਤੁਸੀਂ ਦੇਖ ਰਹੇ ਆ ਆਹ ਇੱਕ ਮਾਰਕ ਹੈ ਜਿਹੜਾ ਇਹ ਹੋਣਾ ਚਾਹੀਦਾ ਇਹ ਵੀ ਮਾਰਕ ਹੈ ਨਹੀਂ ਇੰਡੀਅਨ ਸਟੈਂਡਰਡ ਜਿਹੜਾ ਬਿਊਰੋ ਆਫ ਇੰਡੀਅਨ ਸਟੈਂਡਰਡ ਹੈ ਉਹ ਪਾਣੀ 'ਤੇ ਮਾਰਕ ਹੋਣਾ ਚਾਹੀਦਾ ਵੀ ਇਹ ਪਾਣੀ ਪੀਣ ਯੋਗਾ ਸੇਫ ਹੈ ਪਾਣੀ ਸੁਰੱਖਿਅਤ ਹੈ ਮਿਆਰੀ ਪਾਣੀ ਉਹਦੇ 'ਤੇ ਹੈ ਨਹੀਂਗਾ ਇਸ ਕਰਕੇ ਅਸੀਂ ਨਹੀਂ ਉਹਨੂੰ ਕਹਿੰਦੇ ਪਾਣੀ ਉਹ ਪੀਣ ਯੋਗ ਹੈਗਾ ਅਸੀਂ ਨਹੀਂ ਉਹਨੂੰ ਡਿਕਲੇਅਰ ਕਰ ਸਕਦੇ ਪਾਣੀ ਉਹ ਸਹੀ ਆ ਅਤੇ ਇਹ ਵਿਲਿੰਗਲੀ ਇਹਨੇ ਕਿਹਾ ਵੀ ਮੇਰਾ ਜਿਹੜਾ ਮਾਲ ਆ ਮੈਂ ਸਾਰਾ ਡਿਸਟਰੋਏ ਕਰ ਦੇਣਾ ਕਾਰਨ ਕਿਉਂਕਿ ਇਹਨੂੰ ਲੱਗਦਾ ਅਸੀਂ ਤਾਂ ਕਿਹਾ ਸੀ ਵੀ ਜਿਹੜਾ ਮੈਨੂਫੈਕਚਰਰ ਆ ਉਹਨੂੰ ਸਾਹਮਣੇ ਲਿਆਓ ਮੈਨੂਫੈਕਚਰਰ ਨੂੰ ਸ਼ਾਇਦ ਸਾਹਮਣੇ ਮਨ ਨਹੀਂ ਰਿਹਾ ਆਉਣ ਲਈ ਆ ਨਹੀਂ ਰਿਹਾ ਸੰਜੀਵ ਖੰਨਾ ਜੀ ਦਾ ਜਿਹੜਾ ਇਹ ਮਾਲ ਲਗਭਗ 150 KT ਜਿਹੜੀ ਪਾਣੀ ਦੀ ਅਸੀਂ ਡਿਸਟਰੋਏ ਕਰ ਰਹੇ ਹਾਂ ਕਿਉਂਕਿ ਇਹ ਜ਼ਿਆਦਾਤਰ ਪ੍ਰੈਕਟਿਸ ਜਿਹੜੀ ਆ ਇਹ ਕੈਟਰਿੰਗ ਵਾਲੇ ਕਰਦੇ ਆ ਔਰ ਕੈਟਰਿੰਗ ਵਾਲੇ ਜਿਹੜੇ ਪਾਣੀ ਇਹ ਲਿਜਾ ਕੇ ਅਤੇ ਉੱਥੇ ਲਿਜਾ ਕੇ ਇਹ ਪਾਣੀ ਜਿਹੜਾ ਆ ਬਲਕ ਵਿੱਚ ਲਿਜਾ ਕੇ ਲੋਕਾਂ ਨੂੰ 5,000 ਬੰਦੇ ਨੂੰ ਫੜਾਈ ਜਾਂਦੇ ਕਾਊਂਟਰਾਂ 'ਤੇ ਰੱਖ ਕੇ ਅਤੇ ਲੋਕਾਂ ਨੂੰ ਵੀ ਚਾਹੀਦਾ ਵੀ ਜਿੱਥੇ ਕੈਟਰਿੰਗ ਵਾਲੇ ਨੂੰ ਤੁਸੀਂ ਕਰਦੇ ਆ ਤੁਸੀਂ ਯਾਰ ਜਿੱਥੇ ਤੁਸੀਂ ਉੱਦਾਂ ਹੀ ਉਹਦੇ 'ਤੇ ਜ਼ਿੰਮੇਵਾਰੀ ਸਾਰੀ ਸੁੱਟ ਦਿੰਦੇ ਆ ਅਤੇ ਪਾਣੀ ਵੀ ਤੇਰਾ ਕੋਲਡ ਡਰਿੰਕ ਵੀ ਤੇਰਾ ਸ਼ਾਹੀ ਪਨੀਰ ਵੀ ਤੂੰ ਬਣਾਉਣਾ ਨਾਨ ਵੀ ਤੂੰ ਬਣਾਉਣੇ ਯਾਰ ਉੱਥੇ ਉਹ ਚੀਜ਼ਾਂ ਦਾ ਮਿਆਰ ਵੀ ਚੈੱਕ ਕਰਿਆ ਕਰੋ ਪਾਣੀ ਜਿਹੜਾ ਉਹਨੇ ਤੁਹਾਨੂੰ ਦੇ ਰਿਹਾ ਵਿਆਹ ਸ਼ਾਦੀ ਜਾਂ ਕਿਸੇ ਜਨਮਦਿਨ ਜਾਂ ਫੰਕਸ਼ਨ 'ਤੇ ਕਿਸੇ ਵੀ ਪ੍ਰੋਗਰਾਮ 'ਤੇ ਤੁਸੀਂ ਉਸ ਚੀਜ਼ ਦਾ ਇਨਸ਼ੋਰ ਕਰੋ ਵੀ ਜਿੱਦਾਂ ਹੁਣ ਅਸੀਂ ਕਹਿ ਰਹੇ ਹਾਂ ਚੀਜ਼ ਆ ਬਿਊਰੋ ਆਫ ਇੰਡੀਅਨ ਸਟੈਂਡਰਡ ਪਾਣੀ 'ਤੇ ਹੋਣਾ ਚਾਹੀਦਾ ਸੀਗਾ ਕਿ ਤੁਸੀਂ ਵੀ ਤਾਂ ਚੈੱਕ ਕਰ ਸਕਦੇ ਹਾਂ ਜਿੱਥੇ ਤੱਕ ਮੇਰਾ ਸੰਦੇਸ਼ ਜਾਂਦਾ ਆ ਉਹ ਪਲੀਜ਼ ਦੇਖੋ ਔਰ ਮੈਂ ਇੱਥੇ ਟਾਂਡੇ 'ਚ ਜਾਂ ਹੋਰ ਜਿੱਥੇ ਤੱਕ ਵੀ ਮੇਰਾ ਇਹ ਸੰਦੇਸ਼ ਗਿਆ ਜਿਹੜਾ ਵੀ ਇੱਦਾਂ ਦਾ ਪਾਣੀ ਦਾ ਜਾਂ ਕੋਈ ਵੀ ਚੀਜ਼ ਇੱਦਾਂ ਵੇਚਦਾ ਆ ਜਿੱਥੇ ਮਾਰਕ ਨਹੀਂ ਹੈਗਾ ਪਲੀਜ਼ ਉਹ ਮਾਲ ਨਹੀਂ ਖਰੀਦਣਾ ਕਿਉਂਕਿ ਜਦੋਂ ਤੁਸੀਂ ਖਰੀਦੋਗੇ ਹੀ ਨਹੀਂ ਆਪੇ ਹੀ ਜਿਹੜਾ ਗਲਤ ਚੀਜ਼ ਬਣਾਉਣ ਵਾਲਾ ਫੈਕਟਰੀ ਵਾਲਾ ਇੰਡਸਟਰੀਅਲਿਸਟ ਆ ਬਿਜ਼ਨਸਮੈਨ ਉਹ ਬੰਦ ਕਰੂਗਾ ਇਹੋ ਜਿਹੀ ਪ੍ਰੈਕਟਿਸ ਬੰਦ ਹੋ ਜਾਏਗੀ ਜਦੋਂ ਗਾਹਕ ਹੀ ਨਹੀਂ ਲਊਗਾ ਇਹ ਲੈਣਗੇ ਹੀ ਨਹੀਂ ਤਾਂ ਆਪੇ ਹੀ ਬੰਦ ਹੋ ਜਾਊਗੀ ਹੌਲੀ ਹੌਲੀ ਜਿੱਥੇ ਤੱਕ ਵੀ ਮੇਰਾ ਸੰਦੇਸ਼ ਗਿਆ ਨਹੀਂ ਤਾਂ ਸਖ਼ਤ ਕਾਰਵਾਈ ਤਾਂ ਹੋਣੀ ਹੋਣੀ ਆ ਅਤੇ ਅਸੀਂ ਫਿਰ ਸਪੇਅਰ ਨਹੀਂ ਕਰਦੇ ਨਾ ਇੱਦਾਂ ਮਨੀਸ਼ ਕੁਮਾਰ ਮੇਰੇ ਨਾਲ ਮਨੀਸ਼ ਸੋਢੀ ਜੀ ਫੂਡ ਸੇਫਟੀ ਅਫਸਰ ਆ ਬਾਕੀ ਹੋਰ ਫੂਡ ਟੀਮ ਦੇ ਫੂਡ ਸੇਫਟੀ ਟੀਮ ਦੇ ਮੈਂਬਰ ਆ ਤੋ ਸੱਜ ਜਿੱਥੇ ਸੈਂਪਲਿੰਗ ਵੀ ਕੀਤੀ ਆ ਅਤੇ ਪਨੀਰ ਦੇ ਵੀ ਸੈਂਪਲ ਲਏ ਇਹਨਾਂ ਦੀ ਦੁਕਾਨ ਤੋਂ ਪਨੀਰ ਦਾ ਇੱਕ ਸੈਂਪਲ ਲਿਆ ਅਤੇ ਉਹ ਸੈਂਪਲ ਚਲੇ ਜਾਣੇ ਕੱਲ੍ਹ ਨੂੰ ਫੂਡ ਐਂਡ ਡਰੱਗ ਲੈਬ ਖਰੜ ਨੂੰ ਉਹਦਾ ਰਿਜ਼ਲਟ ਆ ਜਾਏਗਾ ਅਤੇ ਜਿੱਦਾਂ ਦਾ ਰਿਜ਼ਲਟ ਆਊ ਉੱਦਾਂ ਦਾ ਕਾਰਵਾਈ ਕਰਾਂਗੇ ਜੀ ਫੂਡ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀਆਂ ਹਦਾਇਤਾਂ ਨੂੰ ਗਾਈਡਲਾਈਨਜ਼ ਨੂੰ ਇਹਨਾਂ ਵਿਨ ਪਾਲਣਾ ਕਰਨਾ ਹਰ ਇੱਕ ਦਾ ਧਰਮ ਹੈ ਹਰ ਇੱਕ ਦਾ ਫਰਜ਼ ਹੈ ਥੈਂਕ ਯੂ ਸ਼ੁਕਰੀਆ